पंजाब दे विच इस वार नहीं चलिया डेरा फैक्टर, मालवा दे विच भी नहीं चलिया डेरा सिरसा दे विंग दा जादू। डेरे दे समर्थन तो बाद भी डेरा मुखी दे रिश्तेदार हरमिंदर जस्सी दी जमानत हो चुकी है जब्त। 117 सीटां दे उपर रुझान सामने आ चुके ने अते रुझानां दे मुताबिक पंजाब विच आम आदमी पार्टी दी वड्डी लहर वेखण नूं मिल चुकी है, जिस दे अगे कांग्रेस अकाली दल समेत सारियां पार्टियां दी हालत बहुत ज़्यादा खराब होई वेखण नूं मिल चुकी है। पर हैरानी दी गल इह होई है कि इस दी सुनामी विच पंजाब सियासत दे वड्डे वड्डे चेहरे भाव कि थम भी तिड़के रह गए ने, जिथे कि प्रकाश सिंह बादल, सुखबीर बादल, नवजोत सिंह सिद्धू, बिक्रम मजीठिया, चरणजीत सिंह चन्नी जिहे वड्डे दिग्गज नेता भी हार दा सामना कर चुके ने। इस तों इलावा दूसरे पासे वड्डियां वड्डियां गल्लां करके डेरे दे विंग वल्लों अक्सर अपने डेरे दे पैरोकारां दी वोट बैंक नूं वरत के राजनीतिक पार्टियां ते वड्डा प्रभाव पाया जांदा सी, जिसदा डेरा विंग वड्डा फायदा भी लैंदा सी। पर इस वार मालवा दे विच डेरा सिरसा दा जादू नहीं चलिया। ਭਾਵੇਂ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾ ਸਿਰਸਾ ਦੇ ਵਿੰਗ ਨੇ ਬੀਜੇਪੀ ਅਤੇ ਅਕਾਲੀ ਦਲ ਦੀ ਖੁੱਲ੍ਹ ਕੇ ਹਿਮਾਇਤ ਕੀਤੀ ਸੀ, ਪਰ ਅਫਸੋਸ ਕਿ ਸ਼ਾਇਦ ਇਸ ਵਾਰ ਪੈਰੋਕਾਰ ਵੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਭੁਗਤ ਗਏ। ਇਸ ਗੱਲ ਦਾ ਅੰਦਾਜ਼ਾ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਜ਼ਮਾਨਤ ਜ਼ਬਤ ਹੋ ਜਾਣ ਤੋਂ ਲੱਗਦਾ ਏ, ਤੇ ਇਸ ਸੀਟ ਤੇ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਵੱਡੀ ਲੀਡ ਦੇ ਉੱਪਰ ਜੇਤੂ ਰਹੀ ਹੈ। ਗੌਰਤਲਬ ਹੈ ਕਿ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਜੱਸੀ ਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ, ਜਿਸ ਤੋਂ ਖਫਾ ਹੋ ਕੇ ਉਹਨਾਂ ਨੇ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਵੀ ਕੀਤਾ ਸੀ, ਜਿਸ ਦੇ ਉੱਪਰ ਡੇਰੇ ਦੇ ਰਾਜਨੀਤਿਕ ਵਿੰਗ ਦੇ ਵੱਲੋਂ ਹਰਮਿੰਦਰ ਸਿੰਘ ਜੱਸੀ ਨੂੰ ਆਜ਼ਾਦ ਤੌਰ ਤੇ ਹੀ ਜਿਤਾਉਣ ਦੀ ਠਾਨ ਲੈ ਗਈ ਸੀ। ਪ੍ਰੇਮੀਆਂ ਨੂੰ ਇਹ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿ ਚੋਣ ਪ੍ਰਚਾਰ ਦੇ ਦੌਰਾਨ ਕਿਸੇ ਦੇ ਵੱਲੋਂ ਵੀ ਗੱਲ ਦੇ ਵਿੱਚ ਡੇਰੇ ਦਾ ਇਨਸਾ ਲੌਕਟ ਨਾ ਪਾਇਆ ਜਾਵੇ, ਤਾਂ ਜੋ ਕਿਸੇ ਨੂੰ ਇਹ ਪਤਾ ਨਾ ਲੱਗ ਸਕੇ ਕਿ ਡੇਰਾ ਮੁਖੀ ਦੇ ਕੁੜਮ ਦੀ ਚੋਣ ਮੁਹਿੰਮ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰ ਵਾਰ ਡੇਰਾ ਪ੍ਰੇਮੀ ਡੇਰੇ ਦੇ ਵਿੰਗ ਦਾ ਫੈਸਲਾ ਪ੍ਰਵਾਨ ਕਰਦੇ ਸਨ, ਪਰ ਕੁਝ ਡੇਰਾ ਪ੍ਰੇਮੀਆਂ ਨੇ ਦੱਸਿਆ ਹੈ ਕਿ ਡੇਰਾ ਵਿੰਗ ਸਾਡੇ ਤੋਂ ਗੁਰੂ ਦੇ ਨਾਮ ਤੇ ਵੋਟਾਂ ਪਵਾ ਜਾਂਦਾ ਹੈ, ਪਰ ਅੱਜ ਤੱਕ ਡੇਰੇ ਦੇ ਵਿੰਗ ਦੇ ਵੱਲੋਂ ਸਾਨੂੰ ਪੁੱਛਿਆ ਤੱਕ ਨਹੀਂ ਗਿਆ। ਵੱਡੀਆਂ ਪਾਰਟੀਆਂ ਵੀ ਆਪਣੇ ਮੁੱਖ ਆਗੂਆਂ ਦੀ ਹਾਰ ਤੋਂ ਬਾਅਦ ਇਹ ਸਮਝ ਚੁੱਕੀਆਂ ਨੇ ਕਿ ਅੱਗੇ ਤੋਂ ਡੇਰੇ ਦਾ ਸਮਰਥਨ ਲੈਣਾ ਘਾਟੇ ਦਾ ਸੌਦਾ ਹੀ ਹੋਵੇਗਾ। ਤਾਂ ਤੁਸੀਂ ਇਸ ਪੂਰੀ ਦੀ ਪੂਰੀ ਗੱਲਬਾਤ ਅਤੇ ਖਾਸ ਤੌਰ ਤੇ ਡੇਰਾ ਫੈਕਟਰ ਦੀ ਇਸ ਸਿਚੁਏਸ਼ਨ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ, ਅਤੇ ਅਜਿਹੀਆਂ ਹੀ ਖਾਸ ਖਬਰਾਂ ਸੁਣਨ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਤੇ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।